सलाम वालेकुम सब बहनों और भाइयों को, उम्मीद करता हूँ आप ठीक हो गए। आज का व्लॉग स्टार्ट करते हैं। रात हो गई है साढ़े को, थोड़े को भी रात ही हैगी है, तो मैं क्या चलो कोई 5-10 मिनट वेला है अस व्लॉग ही बना लीए। सुबह का व्लॉग एक ही बनाया सी, उस तो बाद टाइम नहीं लगे है काम से, सारा दिन रहा किड़ा यान हैगा ये काम लिखता वेगा कि स्कूल काम मिलेगा ना वो लिख रहा है। अब स्कूल गए से ना, सुबह जुमा हैगा इन्हों का कलर डे हैगा, तो इन्हें कपड़े पा के जाने है कपड़े इन्होंने वास्ते नवे लेंदे है 3000 रुपया पर रहा इन्होंने वास्ते नवे कपड़े ले गए हैं। वो थानू विखाई बेगम मेरी कढ़ती थी वो विखाण लगी हैगी किस तरह के लाए हैं, तुम वे के दसना प्यारे हैं कि नहीं है। लेंदे ने सीते स्थाई लेंदे ने फरीद का है, फरीद का ਲਿਆਂਦਾ। ਚਲੋ ਬੱਚੇ ਤਾਂ ਖੁਸ਼ ਹੋਏ ਨਾ, ਸਾਡੀ ਖੈਰ ਹੈ, ਬੱਚੇ ਖੁਸ਼ ਹੋ ਜਾਣ, ਸਾਡੇ ਦੋ ਬੇਗਮ ਦੀ ਤਾਂ ਮੇਰੀ ਖੈਰ ਹੈ। ਇਹ ਆਪਦਾ ਸਕੂਨ ਕੱਪੜੇ ਪਾਉਣ, ਕਿਉਂ ਬੱਚਿਆਂ ਵਾਸਤੇ ਕਰੀਦਾ, ਬੱਚਿਆਂ ਵਾਸਤੇ ਪਰਦੇਸ ਚਾਹੇ ਹੋਏ। ਚਲੋ ਬੱਚੇ ਕਿਹੜੇ ਹੈਗੇ ਨੇ ਉਹ ਖੁਸ਼ ਰਹਿਣ, ਪੜ੍ਹੇ ਲਿਖਣਗੇ, ਚਲੋ ਕਿਧਰੇ ਲੱਗ ਜਾਣਗੇ, ਕਿਉਂ ਬਈ ਆਪ ਤਾਂ ਪੜ੍ਹੇ ਨਹੀਂ, ਚਲੋ ਬੱਚਿਆਂ ਨੂੰ ਤਾਂ ਪੜ੍ਹਾਈਏ। ਕਿਹੜੀ ਨਸੀਮ ਹੈਗੀ ਉਹ ਛੋਟੇ ਨੂੰ ਚੱਕਿਆ ਹੋਇਆ, ਸੋ ਛੋਟਾ ਕਿਹੜਾ ਹੈਗਾ ਉਹਨੇ ਚੁੱਪ ਨਹੀਂ ਕਰਦਾ ਪਿਆ, ਉਹਦੇ ਵਾਸਤੇ ਫੀਡਰ ਵਾਲਾ ਦੁੱਧ ਬਣਾਉਣ ਲੱਗੀ ਹੈਗੀ। ਉਹਨੇ ਫੀਡਰ ਵਾਲਾ ਦੁੱਧ ਪੀ ਕੇ ਉਸ ਤੋਂ ਬਾਅਦ ਉਹਨੇ ਸੌਣਾ, ਕਿਤੇ ਤਾਂ ਹੁਣ ਫੀਡਰ ਵਾਲਾ ਦੁੱਧ ਪਿਆ ਨਹੀਂ, ਉਹਨੇ ਸੌਣਾ ਹੀ। ਮੰਗਾਇਆ ਸਾਡਾ ਛੋਟਾ ਜਿਹਾ ਕਮਰਾ ਹੈਗਾ, ਕਿੰਨੇ ਚੇ ਸੌਂਦੇ ਹੈਗਾ, ਇਹ ਵੀ ਚਲੋ ਉਹਨਾਂ ਦੀ ਮਿਹਰਬਾਨੀ, ਸਾਨੂੰ ਉਹਨਾਂ ਨੇ ਰਿਹਾਇਸ਼ ਦਿੱਤੀ ਹੋਈ ਹੈਗੀ ਰਹਿਣ ਵਾਸਤੇ। ਅਤੇ ਉਮੀਦ ਕਰਨਾ ਤੁਹਾਨੂੰ ਇਹ ਛੋਟਾ ਜਿਹਾ ਵਲੋਗ ਪਸੰਦ ਆਏਗਾ, ਇਹ ਵਲੋਗ ਇਤਨਾ ਹੀ ਕਾਫੀ ਹੈਗਾ, ਪਸੰਦ ਆਏਗਾ ਇਨਸ਼ਾਅੱਲਾ। ਉਮੀਦ ਹੈ ਬੜੀ, ਕਿਉਂਕਿ ਤੁਹਾਡੀ ਸਪੋਰਟ ਨਾਲ ਮੇਰਾ ਆਵਾਜ਼ ਟੈਂਪੂ ਰਹਾਉਣਾ, ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ।